ਵੱਡੀ ਲਹਿਰ ਖੜੀ ਹੋਈ ਹੈ ਜੀ ਲੋਕ ਸਮਝੇ ਆ ਵੀ ਬਹੁਤ ਮੋਦੀ ਨੇ ਹਮਲੇ ਕੀਤੇ ਨੇ ਜਿਹੜੇ ਮੋਦੀ ਪਿੱਛੇ ਨਹੀਂ ਮੁੜਿਆ ਪਰ ਇੱਕ ਜਿਵੇਂ ਤੁਸੀਂ ਕਹਿੰਦੇ ਵੀ ਕਾਨੂੰਨ ਰੱਦ ਹੋਣਗੇ ਨਹੀਂ ਹੋਣਗੇ ਸਾਡੀ 75% ਜਿੱਤ ਹੋ ਚੁੱਕੀ ਹੈ 25% ਰਹਿੰਦੀ ਹੈ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਕਰਨ ਜਾ ਰਹੇ ਹਾਂ 75% ਜਿੱਤ ਸਾਡੀ ਇਸ ਕਰਕੇ ਹੋਈ ਹੈ ਜਿਹੜੀ ਸਰਕਾਰ ਮੰਨਣ ਨੂੰ ਤਿਆਰ ਨਹੀਂ ਸੀ ਵੀ ਜਿਹੜੇ ਕਾਨੂੰਨ ਅਸੀਂ ਕਰਤੇ ਬਹੁਤ ਠੀਕ ਨੇ ਪਰ ਉਹ ਸਰਕਾਰ ਆਪਦੇ ਮੂੰਹੋਂ ਮੰਨਣ ਲੱਗ ਗਈ ਵੀ ਉਹ ਕੁਛ ਗਲਤ ਹੋਇਆ ਉਹ 'ਚ ਅਸੀਂ ਉਹਨਾਂ ਨੂੰ ਸੋਧ ਕਰ ਦਿੰਦੇ ਹਾਂ ਉਹ ਸੋਧ ਵਾਲੀ ਗੱਲ ਨਹੀਂ ਉਹ ਖਾਸ ਕਰਕੇ ਕਾਨੂੰਨ ਗਲਤ ਨੇ ਸਾਰੀ ਉਹ ਮੁਕੰਮਲ ਤੌਰ ਤੇ ਰੱਦ ਹੋਣੇ ਚਾਹੀਦੇ ਨੇ ਉਹ ਸਾਡੀ ਰੱਦ ਦੀ ਮੰਗ ਹੈ ਇਹਨੂੰ ਸਰਕਾਰ ਕਦੋਂ ਮੰਨਦੀ ਹੈ ਪਰ ਮੰਨ ਇਸ ਕਰਕੇ ਨਹੀਂ ਰਹੀ ਜਿਹੜੇ ਕਾਰਪੋਰੇਟ ਘਰਾਣੇ ਆ ਮਗਰ ਅਬਾਨੀ ਡਾਨੀ ਖੜੇ ਆ ਅਸੀਂ ਤਾਂ ਮੰਗ ਕਰਦੇ ਸਰਕਾਰ ਤੋਂ ਇੱਕ ਸਰਕਾਰ ਨੁਮਾਇੰਦੇ ਵੋਟਾਂ ਪਾ ਕੇ ਚੁਣੀਆਂ ਅਸੀਂ ਤਾਂ ਮੰਗ ਰੱਖ ਸਕਦੇ ਹਾਂ ਉਹਨਾਂ ਦੀ ਬਾਂਹ ਮਰੋੜੀ ਹੋਈ ਹੈ ਇਸ ਕਰਕੇ ਮੋਦੀ ਵਿਚਾਲੇ ਫਸਿਆ ਹੋਇਆ ਸਾਨੂੰ ਪਤਾ ਵੀ ਸਰਕਾਰ ਐਕਸੀਜਨ ਤੇ ਚੱਲ ਰਹੀ ਹੈ ਕਿੰਨਾ ਕਿਸਾਹ ਲੈ ਰਹੀ ਹੈ ਉਹ ਸਰਕਾਰ ਨੂੰ ਵੀ ਪਤਾ ਪਰ ਲੋਕ ਜਿੱਤਿਆ ਸਰਕਾਰਾਂ ਹਾਰਦੀਆਂ ਨੇ ਇਹ ਗੱਲ ਲੋਕ ਵੱਡੇ ਹੋਏ ਨੇ ਸਰਕਾਰਾਂ ਨਹੀਂ ਵੱਡੀਆਂ ਹੋਈਆਂ ਮੋਦੀ ਸਾਹਿਬ ਨੂੰ ਅਜੇ ਕੰਮ ਤੇ ਲਿਖਿਆ ਪੜ੍ਹਨਾ ਚਾਹੀਦਾ ਆਉਣ ਵਾਲੇ ਦਿਨਾਂ 'ਚ ਲੋਕਾਂ ਤੋਂ ਵੋਟਾਂ ਦੁਬਾਰੇ ਲੈਣੀਆਂ ਨੇ ਤਾਂ ਲੋਕਾਂ ਦੀ ਗੱਲ ਸੁਣਨ ਪਊਗੀ ਅਸੀਂ 2024 ਤੱਕ ਸਰਕਾਰ ਨਾਲ ਲੜਾਈ ਲੜਨ ਨੂੰ ਤਿਆਰ ਪਰ ਜੇ ਉਹ ਨਹੀਂ ਰਾਜੀ ਹੋ ਰਹੀ ਇਹਦੇ 'ਚ ਘਾਟਾ ਸਰਕਾਰ ਦਾ ਗਾ ਕਿਉਂਕਿ ਸਰਕਾਰ ਦੇ ਖਿਲਾਫ ਜਿਹੜੀਆਂ ਸਟੇਟਾਂ ਨੇ ਨਹੀਂ ਜਾਗਣਾ ਸੀ ਉਹ ਵੀ ਸਟੇਟਾਂ ਜਾਗ ਚੁੱਕੀਆਂ ਮੈਨੂੰ 17 ਦਿਨ ਹੋ ਗਏ ਮੈਂ ਦਿੱਲੀ ਆਇਆਂਗਾ ਦਿੱਲੀ ਦੇ ਵਿੱਚ ਪਹਿਲਾਂ ਹਰਿਆਣਾ ਜਾਗਿਆ ਫਿਰ ਰਾਜਸਥਾਨ ਜਾਗ ਪਿਆ ਹੁਣ ਗਾ ਹੋਰ ਮੱਧ ਪ੍ਰਦੇਸ਼ ਮਹਾਰਾਸ਼ਟਰ ਇੱਥੇ ਤੱਕ ਕਿ ਗੁਜਰਾਤ 'ਚੋਂ ਵੀ ਬੰਦੇ ਆਉਂਦੇ ਆ ਉੱਥੇ ਇਹਦੇ ਵਿੱਚ ਮੋਦੀ ਸਰਕਾਰ ਨੂੰ ਬਹੁਤ ਵੱਡਾ ਗਾਹ ਘਾਟਾ ਪੈ ਰਿਹਾ ਕਿਉਂਕਿ ਉਹਨੂੰ ਹੋਰਾਂ 'ਚ ਵੀ ਇਹ ਲਾਗੂ ਨਾ ਕਰਨੀ ਪੈ ਜੇ ਸਰਕਾਰੀ ਜਿਹੜੀ ਖਰੀਦ ਆ ਪੰਜਾਬ ਅਤੇ ਹਰਿਆਣੇ 'ਚ ਤਾਂ ਬਚ ਹੀ ਜਾਣੀ ਇਹਦੀ ਤਾਂ ਗਰੰਟੀ ਆ ਇਹ ਉਦੋਂ ਬਾਅਦ ਤੇ ਸਾਰਿਆਂ 'ਚ ਨਾ ਲਾਗੂ ਕਰਨੀ ਪੈ ਜੇ ਇਹਦੇ 'ਚ ਸਰਕਾਰ ਆ ਜਿਹੜੀ ਉਹ ਬਹੁਤ ਕਸੂਤੀ ਫਸੀ ਹੋਈ ਆ ਉਹ ਜਿਵੇਂ ਸੱਪ ਦੇ ਮੂੰਹ 'ਚ ਕੋੜ ਕਰ ਲਿਆ ਗਈ ਨਾ ਉਹ ਹੁਣ ਖਾ ਸਕਦਾ ਨਾ ਉਹਨੂੰ ਛੱਡ ਸਕਦਾ ਇਹ ਹਾਲਤ 'ਚ ਮੋਦੀ ਹੋਇਆ ਗਾ ਕਦੇ ਮੀਟਿੰਗ ਕਿਵੇਂ ਕਰਦਾ ਕਦੇ ਕਿਵੇਂ ਕਰਦਾ ਆਪਣੇ ਸਾਰਿਆਂ ਜਥੇਬੰਦੀਆਂ ਦਾ ਇਹ ਫੈਸਲਾ ਵੀ ਜੈਸ ਜਾਂ ਨੋ ਜਾਂ ਹਾਂ ਕਹਦੇ ਜਾਂ ਨਾ ਕਹਦੇ ਇੱਥੇ ਜਿਹੜੀ ਵੀ ਆ ਗੱਲ ਇਸ ਲਈ ਹੁਣ ਉਹ ਬਸ ਟਾਲ ਮਟੋਲ ਕਰ ਸੰਘਰਸ਼ ਜਿੰਨਾ ਲੰਮਾ ਜਾਊਗਾ ਉਨਾ ਤਿੱਖਾ ਹੋ ਜਾਊਗਾ ਕਿਉਂਕਿ ਪਹਿਲਾਂ ਜਦੋਂ ਸੀਗਾ ਬੰਦ ਦਾ ਸੱਦਾ ਦਿੱਤਾ ਬੰਦ ਮੁਸਾਫਰ ਰਿਹਾ ਅੱਜ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲੱਗੇ ਹੋਏ ਜਾਂ ਮਾਰਚ ਕਰਨੇ ਆ ਇਹ ਮਾਰਚਾਂ ਦੇ ਵਿੱਚ ਤੁਸੀਂ ਇਕੱਠ ਦੇਖ ਹੀ ਰਹੇ ਹੋ ਕਿੱਡਾ ਵੱਡਾ ਹਜ਼ਾਰਾਂ 'ਚ ਇਕੱਠ ਵੱਧ ਗਿਆ ਜਿਵੇਂ ਉੱਥੇ 10 ਲੱਖ ਜੇ ਗਿਆ ਵਾ ਗਾ 28 ਕਿਲੋਮੀਟਰ ਦੇ ਵਿੱਚ ਗਰਾਹਾਂ ਜਥੇਬੰਦੀ ਦੀਆਂ ਇਕੱਲੀਆਂ ਟਰਾਲੀਆਂ ਖੜੀਆਂ ਨੇ ਗੀਆਂ ਅਤੇ ਉੱਥੇ ਇੰਨੀਆਂ ਟਰਾਲੀਆਂ ਖੜੀਆਂ ਇੰਨੇ ਲੱਖਾਂ ਦੀ ਗਿਣਤੀ ਉੱਥੇ ਆ ਲੱਖਾਂ ਦੀ ਗਿਣਤੀ ਪੰਜਾਬ 'ਚ ਇੱਥੇ ਹੋ ਰਹੀ ਆ ਇਸ ਲਈ ਜੇ ਸੰਘਰਸ਼ ਲੰਬਾ ਜਾ ਰਿਹਾ ਗਾ ਤਾਂ ਕਿਸਾਨ ਲਹਿਰ ਆ ਜਿਹੜੀ ਇੱਕ ਲਹਿਰ ਨੇ 100 ਸਾਲ 'ਚ ਨਹੀਂ ਸੀ ਇੱਥੇ ਪਹੁੰਚਣਾ ਉਹ ਇਹ 1 ਮਹੀਨੇ 'ਚ 2 ਮਹੀਨੇ 'ਚ ਜਾਂ 3 ਮਹੀਨੇ 'ਚ ਇੱਥੇ ਪਹੁੰਚ ਚੁੱਕੀ ਆ ਇਸ ਲਈ ਸਾਰਾ ਦੇਸ਼ ਪੂਰਾ ਇੱਕ ਲਹਿਰ ਬਣ ਚੁੱਕਿਆ ਹੈਗਾ ਇਹਦੇ ਨਾਲ ਸਰਕਾਰ ਦਾ ਤਖਤਾ ਪਲਟ ਸਕਦਾ ਹੈਗਾ ਕਿਉਂਕਿ ਪੁਲਿਸ ਫੌਜ ਆ ਜਦੋਂ ਉਹ ਕਿਸਾਨਾਂ ਦੇ ਨਾਲ ਖੜ ਗਈ ਉਦੋਂ ਸਰਕਾਰ ਨੂੰ ਕਿਸੇ ਪਾਸੇ ਭੱਜਣ ਨੂੰ ਥਾਂ ਨਹੀਂ ਦੇਣਾ ਕੋਈ ਕੋਨਾ ਸੁਰੱਖਿਆ ਨਹੀਂ ਮਿਲਣਾ ਇਸ ਲਈ ਸਰਕਾਰ ਨੂੰ ਬੇਨਤੀ ਹੈ ਵੀ ਉਹ ਛੇਤੀ ਤੋਂ ਛੇਤੀ ਜੇ ਮੰਨ ਜਾਵੇ ਤਾਂ ਕਹਿ ਦੇਵੇ ਵੀ ਹਾਂ ਤੁਹਾਡੇ ਕਾਨੂੰਨ ਖਤਮ ਕਰਤੇ ਕੋਈ ਉਹਦੇ 'ਚ ਸੋਧ ਸਾਗ ਨਹੀਂ ਕਰਾਉਣੀ ਖਤਮ ਕਰਾਉਣੇ ਆ ਜੇ ਖਤਮ ਕਰ ਦਿੰਦੀ ਆ ਤਾਂ ਠੀਕ ਆ ਨਹੀਂ ਇਹਦੇ 'ਚ ਸਰਕਾਰ ਨੂੰ ਬਹੁਤ ਘਾਟਾ ਪਊਗਾ ਅਸੀਂ ਤਾਂ ਠੰਡ 'ਚ ਗਿੱਝੇ ਹੋਏ ਹਾਂ ਰੇਹੂ ਛੱਡਦੇ ਹਾਂ ਪਾਣੀ ਲਾਉਂਦੇ ਹਾਂ ਸਾਨੂੰ ਕੋਈ ਠੰਡ ਦਾ ਡਰ ਨਹੀਂ ਕੁਛ ਨਹੀਂ ਗਾ ਕੋਈ ਗੱਲ ਨਹੀਂ ਇਹ ਐਂ ਗੱਲ ਆ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਮੋਦੀ ਨੇ ਜੇ ਸਾਡੇ ਕਾਲੇ ਕਾਨੂੰਨ ਰੱਦ ਉਹ ਕਰਨੇ ਨੇ ਸੀ ਉਹਨਾਂ ਲਈ ਬੈਠੇ ਆ ਰੱਦ ਕਰਾਉਣ ਨੂੰ ਮਤਲਬ ਮੈਨੂੰ 15 ਸਾਲ ਹੋ ਗਏ ਜਥੇਬੰਦੀ ਨਾਲ ਜੁੜੀ ਨੂੰ ਬਹੁਤ ਚਿਰ ਦੇ ਜਾਣ 'ਚ ਅਸੀਂ ਸੰਘਰਸ਼ਾਂ 'ਚ ਜਾਂਦੇ ਹਾਂ ਬਹੁਤ ਘੋਲਾਂ 'ਚ ਰਹੇ ਹਾਂ ਪਰ ਇਹੋ ਜਿਹਾ ਕਦੇ ਵੀ ਕਾਨੂੰਨ ਨਹੀਂ ਸੀ ਦੇਖਿਆ ਵੀ ਸਾਡੇ 'ਤੇ ਇਹੋ ਜਿਹਾ ਕਾਨੂੰਨ ਥੱਪਿਆ ਜਾਵੇ ਇਹ ਪਹਿਲੀ ਗੇੜਾ ਐਡਾ ਕਾਨੂੰਨ ਸਾਡੇ ਥੱਪਿਆ ਜਾਂਦਾ ਪਰ ਅਸੀਂ ਰੱਦ ਕਰਵਾ ਕੇ ਹਟਾਂਗੇ ਅਸੀਂ ਦਿੱਲੀ ਵੀ ਜਾ ਰਹੇ ਹਾਂ ਆਈ ਜਾਂਦੇ ਹਾਂ 15-20 ਜਾਣੇ ਚਲੇ ਜਾਂਦੇ ਆ ਜਾਂਦੇ ਹਾਂ ਜਿੰਨਾ ਟਾਈਮ ਲੱਗੂ ਅਸੀਂ ਰੱਦ ਕਰਾ ਕੇ ਆਪਣੇ ਕਾਨੂੰਨ ਫਿਰ ਵਾਪਸ ਮੁੜਾਂਗੇ ਮਤਲਬ ਇਸ ਵਾਰ ਮਹਿਲਾਵਾਂ ਦੀ ਨੌਜਵਾਨਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੈ ਧਰਨੇ ਦੇ ਵਿੱਚ ਲੱਗਦੇ ਲੋਕ ਜਾਗਰੂਕ ਹੋ ਗਏ ਆਪਣੇ ਹੱਕਾਂ ਹਾਂਜੀ ਹਾਂਜੀ ਪਹਿਲਾਂ ਸਾਡੇ ਬੁੱਢੇ ਆਉਂਦੇ ਜਾਂ ਅਸੀਂ ਆਉਂਦੇ ਹੁਣ ਸਭ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਇਕੱਲਾ ਇਕੱਲਾ ਬੱਚਾ ਸਾਡੇ ਨਾਲ ਜੁੜ ਗਿਆ ਕੋਈ ਜਾਤ ਪਾਤ ਦਾ ਕੋਈ ਇਹਦੇ ਵਿੱਚ ਨਹੀਂ ਰਿਹਾ ਹੈਗਾ ਸਭ ਇੱਕ ਹੋ ਗਏ